ਹਾਂਜੀ ਸਟੂਡੈਂਟਸ, ਸਾਡਾ ਟੌਪਿਕ ਆ ਨੈਸ਼ਨਲ ਨੌਲੇਜ ਕਮਿਸ਼ਨ, NKC ਦੇ ਨਾਮ ਨਾਲ ਜਾਣਿਆ ਜਾਂਦਾ ਇਸ ਨੂੰ। ਜਿਹੜਾ ਨੈਸ਼ਨਲ ਨੌਲੇਜ ਕਮਿਸ਼ਨ ਆ, ਇਹ ਇੰਡੀਅਨ ਗੌਰਮੈਂਟ ਵੱਲੋਂ 2005 ਦੇ ਵਿੱਚ ਅਸਟੈਬਲਿਸ਼ ਕੀਤਾ ਗਿਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਹੇਠ ਇਸ ਜਿਹੜੇ ਕਮਿਸ਼ਨ ਦੇ ਬਾਬਤ ਬਹੁਤ ਸਾਰੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਅਲੱਗ ਅਲੱਗ ਸੈਕਟਰਾਂ ਦੇ ਵਿੱਚ ਨੌਲੇਜ ਨੂੰ ਪ੍ਰਮੋਟ ਕਰਨ ਲਈ। ਤਾਂ ਇਸ ਦੀਆਂ ਜਿਹੜੀਆਂ ਵੀ ਹੈਲਥ ਸੈਕਟਰ ਦੇ ਵਿੱਚ ਜਾਂ ਐਜੂਕੇਸ਼ਨ ਸੈਕਟਰ ਦੇ ਵਿੱਚ ਜੋ ਵੀ ਰਿਕਮੈਂਡੇਸ਼ਨਸ ਨੇ, ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ। ਸਭ ਤੋਂ ਪਹਿਲੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਇਸ ਕਮਿਸ਼ਨ ਵੱਲੋਂ, ਉਹ ਹੈ ਯੂਨੀਵਰਸਲਾਈਜੇਸ਼ਨ ਆਫ ਐਜੂਕੇਸ਼ਨ, ਸਿੱਖਿਆ ਦਾ ਸਰਵ ਵਿਆਪੀ ਕਰਨ। ਕੀ ਕਿਹਾ ਇਸ ਕਮਿਸ਼ਨ ਨੇ? ਇਨਸ਼ਿਓਰ ਯੂਨੀਵਰਸਲ ਐਕਸੈਸ ਟੂ ਕੁਆਲਿਟੀ ਐਜੂਕੇਸ਼ਨ ਐਟ ਆਲ ਲੈਵਲਸ ਫਰੋਮ ਪ੍ਰਾਈਮਰੀ ਟੂ ਹਾਇਰ ਐਜੂਕੇਸ਼ਨ ਵਿਦ ਅ ਫੋਕਸ ਔਨ ਮਾਰਜਨਲਾਈਜ਼ਡ ਐਂਡ ਡਿਸਐਡਵਾਂਟੇਜਡ ਗਰੁੱਪਸ। ਜਿਹੜੇ ਫੋਕਸ ਗਰੁੱਪ ਨੇ ਉਹਨਾਂ ਨੂੰ ਸਿੱਖਿਆ ਦੇਣੀ, ਪ੍ਰਾਇਮਰੀ ਤੋਂ ਹਾਇਰ ਐਜੂਕੇਸ਼ਨ ਤੱਕ ਸਾਰੇ ਲੈਵਲ ਦੀ ਸਿੱਖਿਆ ਜਿਹੜੀ, ਉਹ ਸਾਰੇ ਗਰੁੱਪਸ ਤੱਕ ਪਹੁੰਚ ਕਰਨੀ ਉਸਦੀ। ਫਿਰ ਹੈ ਪ੍ਰਮੋਟ ਇਨਕਲਸਿਵ ਐਜੂਕੇਸ਼ਨ ਪੋਲਿਸੀਜ਼ ਟੂ ਐਡਰੈਸ ਡਿਸਪੈਰਿਟੀਜ਼ ਬੇਸਡ ਔਨ ਜੈਂਡਰ, ਸੋਸ਼ੀਓ ਇਕਨੋਮਿਕ ਸਟੇਟਸ ਐਂਡ ਜੋਗ੍ਰਾਫੀਕਲ ਲੋਕੇਸ਼ਨਸ। ਇਨਕਲੂਸਿਵ ਐਜੂਕੇਸ਼ਨ ਪੋਲਿਸੀਜ਼ ਨੂੰ ਸਾਰੇ ਕਿਤੇ ਪਹੁੰਚਾਉਣਾ ਬਿਨਾਂ ਭੇਦਭਾਵ ਤੋਂ, ਕਿਸੇ ਜੈਂਡਰ ਜਾਂ ਲਿੰਗੀ ਭੇਦਭਾਵ ਤੋਂ ਬਿਨਾਂ, ਸੋਸ਼ਲ ਇਕਨੋਮਿਕ ਸਟੇਟਸ ਦੇ ਭੇਦਭਾਵ ਤੋਂ ਬਿਨਾਂ, ਅਮੀਰੀ ਗਰੀਬੀ ਜਿਹੜੀ ਆ ਉਸ ਦੇ ਭੇਦਭਾਵ ਤੋਂ ਬਿਨਾਂ, ਜਾਂ ਜਿਹੜੀਆਂ ਜੋਗ੍ਰਾਫੀਕਲ ਲੋਕੇਸ਼ਨਸ ਨੇ, ਜਿਹੜੇ ਕੰਢੀ ਏਰੀਆਜ਼ ਨੇ ਜਾਂ ਇਸ ਤਰ੍ਹਾਂ ਦੇ ਏਰੀਆਜ਼ ਨੇ ਜਿੱਥੇ ਐਜੂਕੇਸ਼ਨ ਪੋਲਿਸੀਜ਼ ਨਹੀਂ ਪਹੁੰਚ ਸਕਦੀਆਂ ਜਾਂ ਐਜੂਕੇਸ਼ਨ ਨਹੀਂ ਪਹੁੰਚ ਸਕਦੀ, ਉਹ ਸਾਰੇ ਕਿਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ। ਫਿਰ ਐਨਹਾਂਸ ਇਨਫਰਾਸਟ੍ਰਕਚਰ ਐਂਡ ਫੈਸਿਲਿਟੀਜ਼ ਇਨ ਸਕੂਲਸ, ਕਾਲਜਿਸ ਐਂਡ ਯੂਨੀਵਰਸਿਟੀਜ਼ ਟੂ ਅਕੋਮੋਡੇਟ ਦਾ ਗਰੋਇੰਗ ਡਿਮਾਂਡ ਫਾਰ ਐਜੂਕੇਸ਼ਨ। ਤਾਂ ਇਨਫਰਾਸਟ੍ਰਕਚਰ ਫੈਸਿਲਿਟੀਜ਼ ਦੇਣੀਆਂ ਸਕੂਲਾਂ ਨੂੰ, ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ, ਤਾਂ ਕਿ ਭਵਿੱਖ ਦੀਆਂ ਜਿਹੜੀਆਂ ਐਜੂਕੇਸ਼ਨ ਦੀਆਂ ਲੋੜਾਂ ਨੇ ਉਹ ਪੂਰੀਆਂ ਕੀਤੀਆਂ ਜਾ ਸਕਣ। ਇਸ ਨਾਲ ਯੂਨੀਵਰਸਲਾਈਜੇਸ਼ਨ ਹੈ ਜਿਹੜਾ ਐਜੂਕੇਸ਼ਨ ਦਾ, ਉਹ ਸੌਖੇ ਢੰਗ ਨਾਲ ਹੋ ਸਕਦਾ ਹੈ। ਫਿਰ ਕਰੀਕੁਲਮ ਰਿਫੋਰਮਸ, ਜਿਹੜਾ ਪਾਠਕ੍ਰਮ ਆ ਉਸ ਦੇ ਸੁਧਾਰ ਸੰਬੰਧਿਤ ਇਹਨਾਂ ਨੇ ਸਿਫਾਰਿਸ਼ਾਂ ਦਿੱਤੀਆਂ ਨੇ। ਇਹਦੇ ਵਿੱਚ ਪਹਿਲੇ ਨੰਬਰ 'ਤੇ ਕੀ ਕਹਿੰਦੇ ਨੇ, ਇਹ ਰਿਵਾਈਜ਼ ਐਂਡ ਅਪਡੇਟ ਦਾ ਕਰੀਕੁਲਮ ਟੂ ਮੇਕ ਇਟ ਮੋਰ ਰੈਲੇਵੈਂਟ, ਫਲੈਕਸੀਬਲ ਐਂਡ ਰਿਸਪੋਂਸਿਵ ਟੂ ਦਾ ਨੀਡਸ ਆਫ ਰੈਪਿਡਲੀ ਚੇਂਜਿੰਗ ਸੁਸਾਇਟੀ ਐਂਡ ਇਕੋਨਮੀ। ਅਪਡੇਟ ਦੇ ਰਿਵਾਈਜ਼ ਕਰਦੇ ਰਹਿਣਾ ਕਰੀਕੁਲਮ ਨੂੰ, ਪਾਠਕ੍ਰਮ ਨੂੰ, ਤਾਂ ਕਿ ਜਿਹੜਾ ਪਾਠਕ੍ਰਮ ਆ ਉਹ ਭਵਿੱਖੀ ਲੋੜਾਂ ਨੂੰ ਪੂਰਾ ਕਰਨ ਵਾਲਾ ਹੋਵੇ। ਫਿਰ ਇੰਟਰੋਡਿਊਸ ਇੰਟਰਡਿਸਿਪਲਿਨਰੀ ਐਂਡ ਸਕਿੱਲ ਬੇਸਡ ਕੋਰਸਿਸ ਟੂ ਇਕਿਪ ਸਟੂਡੈਂਟਸ ਵਿਦ ਪ੍ਰੈਕਟੀਕਲ ਨੌਲੇਜ ਐਂਡ ਕੰਪੀਟੈਂਸੀਜ ਰਿਕੁਆਇਰਡ ਫਾਰ 21st ਸੈਂਚਰੀ ਵਰਕ ਫੋਰਸ। ਤਾਂ ਇਸ ਤਰ੍ਹਾਂ ਦਾ ਸਕਿੱਲ ਬੇਸਡ ਕੋਰਸ ਨੇ ਜਿਹੜੇ ਉਹ ਸ਼ੁਰੂ ਕਰਨੇ ਕਰੀਕੁਲਮ ਦੇ ਵਿੱਚ,
ਜਿਹੜਾ ਇਹ ਇਸ ਨੂੰ ਪਾਉਣਾ ਸਕਿੱਲ ਬੇਸਡ ਕਰੀਕੁਲਮ ਨੂੰ, ਤਾਂ ਕਿ ਜਿਹੜੀ 21st ਸੈਂਚਰੀ ਦੀ ਆਉਣ ਵਾਲੀ ਪੀੜ੍ਹੀ ਦੀ ਜਿਹੜੀ ਵਰਕ ਫੋਰਸ ਆ ਉਹ ਤਿਆਰ ਕੀਤੀ ਜਾ ਸਕੇ। ਫਿਰ ਹੈ ਇਨਕਾਰਪੋਰੇਟ ਟੈਕਨੋਲਜੀ ਇਨੇਬਲਡ ਲਰਨਿੰਗ ਟੂਲਸ ਐਂਡ ਰਿਸੋਰਸਿਸ ਟੂ ਇਨਹਾਂਸ ਦਾ ਇਫੈਕਟਿਵਨੈਸ ਆਫ ਟੀਚਿੰਗ ਐਂਡ ਲਰਨਿੰਗ। ਤਾਂ ਟੈਕਨੋਲਜੀ ਨੂੰ ਜਿਹੜਾ ਇਹ ਲਰਨਿੰਗ ਟੂਲ ਬਣਾਉਣਾ। ਫਿਰ ਕੁਆਲਿਟੀ ਇਨਹਾਂਸਮੈਂਟ, ਇਹ ਰਿਕਮੈਂਡੇਸ਼ਨ ਦਿੱਤੀ ਇਹਨਾਂ ਨੇ ਕਿ ਕੁਆਲਿਟੀ ਹੈ ਜਿਹੜੀ ਉਹ ਵਧਾਉਣੀ, ਸਿੱਖਿਆ ਦੀ ਗੁਣਵੱਤਾ ਵਿੱਚ ਵਾਧਾ ਕਰਨਾ। ਇੰਪਰੂਵ ਦਾ ਕੁਆਲਿਟੀ ਆਫ ਐਜੂਕੇਸ਼ਨ ਬਾਏ ਇਨਹਾਂਸਿੰਗ ਟੀਚਰ ਟ੍ਰੇਨਿੰਗ ਪ੍ਰੋਗਰਾਮਸ, ਅਪਗ੍ਰੇਡਿੰਗ ਪੈਡਾਗੋਗੀਕਲ ਮੈਥਡਸ ਐਂਡ ਪ੍ਰਮੋਟਿੰਗ ਕੰਟੀਨਿਊਸ ਪ੍ਰੋਫੈਸ਼ਨਲ ਡਿਵੈਲਪਮੈਂਟ। ਇਸ ਤਰ੍ਹਾਂ ਨਾਲ ਜਿਹੜੀ ਕੁਆਲਿਟੀ ਐਜੂਕੇਸ਼ਨ ਦੀ ਵਧਾਈ ਜਾ ਸਕਦੀ ਹੈ। ਫਿਰ ਹੈ ਸਟਰੈਂਥਨ ਅਸੈਸਮੈਂਟ ਐਂਡ ਇਵੈਲੂਏਸ਼ਨ ਮੈਕਨਿਜ਼ਮਸ ਟੂ ਇਨਸ਼ਿਓਰ ਲਰਨਿੰਗ ਆਊਟਕਮਸ ਆਰ ਇਫੈਕਟਿਵਲੀ ਮੇਜ਼ਰਡ ਐਂਡ ਮੋਨੀਟਰਡ। ਫਿਰ ਹੈ ਐਸਟੈਬਲਿਸ਼ ਅਕਰਡੀਸ਼ਨਸ ਐਂਡ ਕੁਆਲਿਟੀ ਇੰਸ਼ੋਰੈਂਸ ਮੈਕਨਿਜ਼ਮਸ ਫਾਰ ਐਜੂਕੇਸ਼ਨ ਇੰਸਟੀਟਿਊਸ਼ਨ ਟੂ ਮੇਨਟੇਨ ਸਟੈਂਡਰਡ ਐਂਡ ਅਕਾਊਂਟੇਬਿਲਟੀ। ਫਿਰ ਹੈ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ। ਇਸ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ, ਇੰਟੀਗ੍ਰੇਟ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਪ੍ਰੋਗਰਾਮਸ ਇਨ ਟੂ ਮੇਨ ਸਟਰੀਮ ਐਜੂਕੇਸ਼ਨ ਟੂ ਪ੍ਰੋਵਾਈਡ ਸਟੂਡੈਂਟ ਵਿਦ ਪ੍ਰੈਕਟੀਕਲ ਸਕਿੱਲਸ ਐਂਡ ਇਨਹਾਂਸ ਦੇਅਰ ਇੰਪਲਾਇਬਿਲਟੀ। ਤਾਂ ਜਿਹੜਾ ਮੇਨ ਸਟਰੀਮ ਆ, ਮੇਨ ਸਾਡੀਆਂ ਕਲਾਸਾਂ ਚੱਲਦੀਆਂ ਨੇ ਸਕੂਲ ਦੇ ਵਿੱਚ, ਉਹਨਾਂ ਦੇ ਨਾਲ ਸਿੱਖਿਆ ਦੇ ਵਿੱਚ ਵੋਕੇਸ਼ਨਲਾਈਜੇਸ਼ਨ ਸਿੱਖਿਆ ਦਾ ਹੋਣਾ ਚਾਹੀਦਾ। ਵੋਕੇਸ਼ਨਲ ਐਜੂਕੇਸ਼ਨ ਅਤੇ ਟ੍ਰੇਨਿੰਗ ਨੂੰ ਇੰਟੀਗ੍ਰੇਟ ਕੀਤਾ ਜਾਣਾ ਚਾਹੀਦਾ, ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਫਾਸਟਰ ਪਾਰਟਨਰਸ਼ਿਪ ਬਿਟਵੀਨ ਐਜੂਕੇਸ਼ਨਲ ਇੰਸਟੀਟਿਊਸ਼ਨਸ, ਇੰਡਸਟਰੀਜ਼ ਐਂਡ ਗੌਰਮੈਂਟ ਏਜੰਸੀਜ਼ ਟੂ ਡਿਜ਼ਾਈਨ ਐਂਡ ਡਿਲੀਵਰ ਇੰਡਸਟਰੀ ਰੈਲੇਵੈਂਟ ਵੈਟ ਕੋਰਸਿਸ। ਵੈਟ ਮੀਨਸ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ। ਤਾਂ ਇਸ ਤਰ੍ਹਾਂ ਨਾਲ ਜਿਹੜਾ ਪਾਰਟਨਰਸ਼ਿਪ ਆ ਉਸ ਨੂੰ ਮਜ਼ਬੂਤ ਬਣਾਉਣਾ, ਕਿਹਨਾਂ ਕਿਹਨਾਂ ਦੇ ਵਿੱਚ, ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ, ਇੰਡਸਟਰੀ ਅਤੇ ਗੌਰਮੈਂਟ ਏਜੰਸੀਜ ਦੇ ਵਿੱਚ, ਜਿਹੜੀਆਂ ਮਿਲ ਕੇ ਕਿ ਇੰਡਸਟਰੀ ਦੀਆਂ ਨੀਡਸ ਨੂੰ ਪੂਰਾ ਕਰਨ ਵਾਲੇ ਕੋਰਸਿਸ ਨੇ ਜਿਹੜੇ ਉਹ ਡਿਜ਼ਾਈਨ ਕਰਨਗੇ, ਜਾਂ ਇਹ ਕਹਿ ਸਕਦੇ ਹਾਂ ਕਿ ਇੰਡਸਟਰੀ ਵਾਸਤੇ ਜਿਹੜੀ ਵਰਕ ਫੋਰਸ ਆ ਉਹਦੇ ਲਈ ਕਰੀਕੁਲਮ ਬਣਾਉਣਗੇ। ਫਿਰ ਆ ਕ੍ਰੀਏਟ ਪਾਥਵੇਜ਼ ਫਾਰ ਸੀਮਲੈਸ ਟ੍ਰਾਂਜੀਸ਼ਨ ਫਰੋਮ ਵੋਕੇਸ਼ਨਲ ਟ੍ਰੇਨਿੰਗ ਟੂ ਹਾਇਰ ਐਜੂਕੇਸ਼ਨ ਐਂਡ ਇੰਪਲਾਇਮੈਂਟ ਓਪਰਚੁਨਿਟੀਜ਼। ਤਾਂ ਪਾਥਵੇ ਪ੍ਰੋਗਰਾਮ ਸ਼ੁਰੂ ਕਰਨੇ ਜਿਹੜੇ ਕਿ ਵੋਕੇਸ਼ਨਲ ਟ੍ਰੇਨਿੰਗ ਤੋਂ ਹਾਇਰ ਐਜੂਕੇਸ਼ਨ ਅਤੇ ਇੰਪਲਾਇਮੈਂਟ ਓਪਰਚੁਨਿਟੀ ਵੱਲ ਨੂੰ ਲੈ ਕੇ ਜਾਣਗੇ ਬੱਚਿਆਂ ਨੂੰ। ਫਿਰ ਰਿਸਰਚ ਐਂਡ ਇਨੋਵੇਸ਼ਨ, ਇਨਕਰੀਜ ਇਨਵੈਸਟਮੈਂਟ ਇਨ ਰਿਸਰਚ ਐਂਡ ਡਿਵੈਲਪਮੈਂਟ ਅਕਰੋਸ ਵੇਰੀਅਸ ਸੈਕਟਰਸ ਟੂ ਸਟਿਮੂਲੇਟ ਇਨੋਵੇਸ਼ਨ, ਨੌਲੇਜ ਕ੍ਰੀਏਸ਼ਨ ਐਂਡ ਟੈਕਨੋਲੋਜੀ ਟ੍ਰਾਂਸਫਰ। ਤਾਂ ਇਹਨਾਂ ਚੀਜ਼ਾਂ ਲਈ ਇਨਵੈਸਟਮੈਂਟ ਨੂੰ ਇਨਕਰੀਜ਼ ਕਰਨਾ, ਵਾਧਾ ਕਰਨਾ ਖਰਚਿਆਂ ਦੇ ਵਿੱਚ। ਫਿਰ ਸਟਰੈਂਥਨ ਰਿਸਰਚ ਇਨਫਰਾਸਟ੍ਰਕਚਰ ਫੈਸਿਲਿਟੀਜ਼ ਐਂਡ ਇੰਸਟੀਟਿਊਸ਼ਨਸ ਟੂ ਸਪੋਰਟ ਕਟਿੰਗ ਐਜ ਰਿਸਰਚ ਐਂਡ ਪ੍ਰਮੋਟ ਇੰਟਰਡਿਸਿਪਲਨਰੀ ਕਲੈਬੋਰੇਸ਼ਨ। ਫਿਰ ਪ੍ਰਮੋਟ ਆ ਕਲਚਰ ਆਫ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਬਾਏ ਪ੍ਰੋਵਾਈਡਿੰਗ ਇਨਸੈਂਟਿਵਸ, ਫੰਡਿੰਗ ਐਂਡ ਮੈਨਟਰਸ਼ਿਪ ਟੂ ਐਸਪਾਇਰਿੰਗ ਇਨੋਵੇਟਰਸ ਐਂਡ ਸਟਾਰਟਅਪਸ। ਤਾਂ ਕਲਚਰ, ਇਸ ਤਰ੍ਹਾਂ ਦਾ ਕਲਚਰ ਜਿਹੜਾ ਹੈ ਉਹ ਪ੍ਰਮੋਟ ਕਰਨਾ
ਜਿਹੜਾ ਕਿ ਨਵੀਨਤਾ ਲੈ ਕੇ ਆਵੇ ਅਤੇ ਜਿਹੜੇ ਸਟਾਰਟਅਪਸ ਨੇ ਸ਼ੁਰੂ ਕਰਨ ਤੋਂ ਬੱਚੇ ਨੇ ਜਿਹੜੇ ਸਾਡੇ ਨੌਜਵਾਨ ਨੇ ਉਹ ਨਾ ਘਬਰਾਉਣ। ਫਿਰ ICT ਐਂਡ ਡਿਜੀਟਲ ਨੌਲੇਜ ਇਸ ਲਈ ਵੀ ਸਿਫਾਰਿਸ਼ ਕੀਤੀ ਆ, ਡਿਵੈਲਪ ਰਿਬਸਟ ICT ਇਨਫਰਾਸਟ੍ਰਕਚਰ ਐਂਡ ਡਿਜੀਟਲ ਰਿਸੋਰਸਿਸ ਟੂ ਫੈਸਿਲਿਟੇਟ ਐਕਸੈਸ ਟੂ ਨੌਲੇਜ ਐਂਡ ਇਨਫੋਰਮੇਸ਼ਨ ਅਕਰੋਸ ਅਰਬਨ ਐਂਡ ਰੂਰਲ ਏਰੀਆਜ਼। ਫਿਰ ਹੈ ਪ੍ਰਮੋਟ ਡਿਜੀਟਲ ਲਿਟਰੇਸੀ ਪ੍ਰੋਗਰਾਮਸ ਟੂ ਐਮਪਾਵਰ ਸਿਟੀਜ਼ਨਸ ਵਿਦ ਡਿਜੀਟਲ ਸਕਿੱਲਸ ਐਂਡ ਪ੍ਰਮੋਟ ਡਿਜੀਟਲ ਇਨਕਲਸ਼ਨ। ਤਾਂ ICT ਨੂੰ ਲੈ ਕੇ ਆਉਣਾ, ਮੇਨ ਜਿਹੜੇ ਕੋਰਸ ਨੇ ਉਹਨਾਂ ਦੇ ਵਿੱਚ ਹਾਰਨੈਸ ਦਾ ਪੋਟੈਂਸ਼ੀਅਲ ਆਫ ICT ਫਾਰ ਈ ਗਵਰਨੈਂਸ, ਔਨਲਾਈਨ ਐਜੂਕੇਸ਼ਨ, ਟੈਲੀਮੈਡੀਸਨ ਐਂਡ ਅਦਰ ਐਪਲੀਕੇਸ਼ਨਸ ਟੂ ਇੰਪਰੂਵ ਗਵਰਨੈਂਸ ਐਂਡ ਸਰਵਿਸ ਡਿਲੀਵਰੀ। ਤਾਂ ਅੱਜ ਸਾਡੇ ਕੋਲ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ ICT ਨਾਲ, ਡਿਜੀਟਲ ਨਾਲ ਸੰਬੰਧਿਤ ਸਾਡੇ ਬਹੁਤ ਸਾਰੇ ਕੰਮ ਨੇ, ਜਿਹੜੇ ਐਕਟੀਵਿਟੀਜ਼ ਨੇ ਉਹ ਹੁੰਦੀਆਂ ਨੇ। ਅਸੀਂ ਕਹਿੰਦੇ ਕਿ ਲਗਭਗ ਜਿਹੜਾ ਸਾਡਾ 60-70% ਜੋ ਸਾਡੀਆਂ ਕਿਰਿਆਵਾਂ ਨੇ, ਐਕਟੀਵਿਟੀਜ਼ ਨੇ, ਚਾਹੇ ਬੈਂਕਿੰਗ ਆ ਚਾਹੇ ਕੋਈ ਵੀ ਆ, ਉਹ ਸਾਰੀਆਂ ਜਿਹੜੀਆਂ ਨੇ ਡਿਜੀਟਲ ਨਾਲ ਜੁੜ ਰਹੀਆਂ। ਫਿਰ ਹੈ ਨੌਲੇਜ ਨੈਟਵਰਕਸ ਐਂਡ ਕਲੈਬੋਰੇਸ਼ਨਸ, ਐਸਟੈਬਲਿਸ਼ ਨੌਲੇਜ ਨੈਟਵਰਕਸ ਐਂਡ ਪਲੇਟਫਾਰਮਸ ਟੂ ਫੈਸਿਲਿਟੇਟ ਕਲੈਬੋਰੇਸ਼ਨ, ਐਕਸਚੇਂਜ ਆਫ ਆਈਡੀਆਜ਼ ਐਂਡ ਸ਼ੇਅਰਿੰਗ ਆਫ ਬੈਸਟ ਪ੍ਰੈਕਟਿਸ ਅਮੰਗ ਸਟੇਕ ਹੋਲਡਰਸ। ਨੌਲੇਜ ਦੇ ਨੈਟਵਰਕ ਵਧਾਉਣੇ ਅਤੇ ਜਿਹੜਾ ਕਲੈਬੋਰੇਸ਼ਨ ਆ ਉਹ ਕਰਨਾ। ਫਿਰ ਇਹ ਫਾਸਟਰ ਇੰਟਰਨੈਸ਼ਨਲ ਕਲੈਬੋਰੇਸ਼ਨ ਐਂਡ ਪਾਰਟਨਰਸ਼ਿਪਸ ਇਨ ਰਿਸਰਚ ਐਜੂਕੇਸ਼ਨ ਐਂਡ ਇਨੋਵੇਸ਼ਨ ਟੂ ਲੈਵਰੇਜ ਗਲੋਬਲ ਐਕਸਪਰਟਾਈਜ਼, ਰਿਸੋਰਸਿਜ਼ ਐਂਡ ਓਪਰਚੁਨਿਟੀਜ਼। ਪ੍ਰਮੋਟ ਇੰਟਰਡਿਸਿਪਲਰੀ ਰਿਸਰਚ ਐਂਡ ਕ੍ਰੋਸ ਸੈਕਟਰਲ ਕਲੈਬੋਰੇਸ਼ਨਸ ਟੂ ਐਡਰੈਸ ਕੰਪਲੈਕਸ ਚੈਲੇਂਜਿਸ ਐਂਡ ਡਰਾਈਵ ਸਸਟੇਨੇਬਲ ਡਿਵੈਲਪਮੈਂਟ। ਫਿਰ ਹੈ ਗਵਰਨੈਂਸ ਐਂਡ ਇੰਡਸਟਰੀਅਲ ਰਿਫੋਰਮਸ, ਇੰਸ਼ੋਰ ਗ੍ਰੇਟਰ ਆਟੋਨੋਮੀ, ਅਕਾਊਂਟੇਬਿਲਟੀ ਐਂਡ ਟਰਾਂਸਪਰੈਂਸੀ ਇਨ ਦਾ ਐਜੂਕੇਸ਼ਨਲ ਇੰਸਟੀਟਿਊਸ਼ਨਸ ਟੂ ਪ੍ਰਮੋਟ ਇਨੋਵੇਸ਼ਨ, ਐਕਸੀਲੈਂਸ ਐਂਡ ਰਿਸਪੋਂਸਿਵਨੈਸ। ਫਿਰ ਹੈ ਰੈਸ਼ਨਲਾਈਜ ਐਂਡ ਸਟੀਮ ਲਾਈਨ ਦਾ ਰੈਗੂਲੇਟਰੀ ਫਰੇਮਵਰਕ ਗਵਰਨਿੰਗ ਐਜੂਕੇਸ਼ਨ ਐਂਡ ਰਿਸਰਚ ਇੰਸਟੀਟਿਊਸ਼ਨਸ ਟੂ ਰਿਡਿਊਸ ਬਿਊਰੋਕਰੈਟਿਕ ਹਰਡਲਸ ਐਂਡ ਪ੍ਰਮੋਟ ਫਲੈਕਸੀਬਿਲਿਟੀ। ਫਿਰ ਹੈ ਬਿਲਡ ਕਪੈਸਿਟੀ ਅਮੰਗ ਪੋਲਿਸੀ ਮੇਕਰਸ, ਐਡਮਿਨਿਸਟ੍ਰੇਟਰਸ ਐਂਡ ਐਜੂਕੇਟਰਸ ਟੂ ਅਨੇਬਲ ਇਫੈਕਟਿਵ ਇੰਪਲੀਮੈਂਟੇਸ਼ਨ ਆਫ ਰਿਫੋਰਮ ਐਂਡ ਇਨੀਸ਼ੀਏਟਿਵਸ। ਨੈਕਸਟ ਰਿਕਮੈਂਡੇਸ਼ਨ ਹੈ ਜਿਹੜੀ ਹਿਊਮਨ ਰਿਸੋਰਸ ਡਿਵੈਲਪਮੈਂਟ ਬਾਰੇ ਦਿੱਤੀ ਹੈ ਇਹਨਾਂ ਨੇ, ਇਹਦੇ ਵਿੱਚ ਕੀ ਕਹਿੰਦੇ ਨੇ, ਇਨਵੈਸਟ ਇਨ ਹਿਊਮਨ ਰਿਸੋਰਸ ਡਿਵੈਲਪਮੈਂਟ ਬਾਈ ਪ੍ਰੋਵਾਈਡਿੰਗ ਟ੍ਰੇਨਿੰਗ, ਸਕਾਲਰਸ਼ਿਪਸ, ਫੈਲੋਸ਼ਿਪਸ ਐਂਡ ਅਦਰ ਓਪਰਚੁਨਿਟੀਜ਼ ਟੂ ਨਰਚਰ ਟੈਲੈਂਟ ਐਂਡ ਐਕਸਪਰਟਾਈਜ਼। ਫਿਰ ਹੈ ਐਨਕਰੇਜ ਲਾਈਫ ਲੌਂਗ ਲਰਨਿੰਗ, ਕੰਟੀਨਿਊ ਸਕਿੱਲ ਡਿਵੈਲਪਮੈਂਟ ਟੂ ਅਡੈਪਟ ਟੂ ਇਵੋਲਵਿੰਗ ਟੈਕਨੋਲੋਜੀਕਲ, ਇਕਨੋਮਿਕ ਐਂਡ ਸੋਸ਼ਲ ਚੇਂਜਿਸ। ਪ੍ਰਮੋਟ ਡਾਇਵਰਸਿਟੀ ਐਂਡ ਇਨਕਲਸ਼ਨ ਇਨ ਐਜੂਕੇਸ਼ਨ ਐਂਡ ਇੰਪਲਾਇਮੈਂਟ
ਟੂ ਹਾਰਨੈਸ ਦਾ ਫੁੱਲ ਪੋਟੈਂਸ਼ੀਅਲ ਆਫ ਇੰਡੀਆਜ਼ ਡਾਇਵਰਸ ਪਾਪੂਲੇਸ਼ਨ। ਇਸ ਤਰ੍ਹਾਂ ਨਾਲ ਜਿਹੜੇ ਹਿਊਮਨ ਰਿਸੋਰਸ ਨੂੰ ਡਿਵੈਲਪ ਕਰਨਾ ਹੈ। ਫਿਰ ਹੈ ਨੌਲੇਜ ਪ੍ਰੀਜ਼ਰਵੇਸ਼ਨ ਐਂਡ ਡਾਕੂਮੈਂਟੇਸ਼ਨ, ਗਿਆਨ ਨੂੰ ਸਾਂਭ ਕੇ ਰੱਖਣਾ। ਪ੍ਰੀਜ਼ਰਵ ਐਂਡ ਡਾਕੂਮੈਂਟ ਇੰਡੀਆਜ਼ ਰਿਚ ਕਲਚਰ ਹੈਰੀਟੇਜ, ਟ੍ਰੈਡੀਸ਼ਨਲ ਨੌਲੇਜ ਸਿਸਟਮ ਐਂਡ ਇੰਡੀਜੀਨੀਅਸ ਪ੍ਰੈਕਟਿਸ ਫਾਰ ਫਿਊਚਰ ਜਨਰੇਸ਼ਨ, ਡਿਜੀਟਾਈਜ਼ਡ ਐਂਡ ਆਰਚੀਵ ਹਿਸਟੋਰੀਕਲ ਡਾਕੂਮੈਂਟਸ, ਮਾਨੂਸਕ੍ਰਿਪਟਸ, ਆਰਟੀਫੈਕਟਸ ਐਂਡ ਅਦਰ ਕਲਚਰਲ ਅਸੈਟਸ ਟੂ ਇੰਸ਼ੋਰ ਦੇਅਰ ਅਕਸੈਸਿਬਿਲਟੀ ਐਂਡ ਪ੍ਰੀਜ਼ਰਵੇਸ਼ਨ। ਫਿਰ ਹੈ ਪ੍ਰਮੋਟ ਇੰਟਰਡਿਸਿਪਲਨਰੀ ਰਿਸਰਚ ਐਂਡ ਕਲੈਬੋਰੇਸ਼ਨ ਇਨ ਦਾ ਪ੍ਰੀਜ਼ਰਵੇਸ਼ਨ ਐਂਡ ਡਾਕੂਮੈਂਟੇਸ਼ਨ ਆਫ ਨੌਲੇਜ ਅਕਰੋਸ ਡਾਇਵਰਸ ਡੋਮੇਨਸ। ਨੈਕਸਟ ਲੈਂਗੁਏਜ ਅਤੇ ਲਿਟਰੇਸੀ ਬਾਰੇ ਗੱਲ ਕੀਤੀ ਇਹਨਾਂ ਨੇ। ਪ੍ਰਮੋਟ ਮਲਟੀਲਿੰਗੁਅਲ ਐਜੂਕੇਸ਼ਨ ਐਂਡ ਲਿਟਰੇਸੀ ਇਨੀਸ਼ੀਏਟਿਵ ਟੂ ਇਨਸ਼ੋਰ ਇਕੁਇਟੇਬਲ ਐਕਸੈਸ ਟੂ ਐਜੂਕੇਸ਼ਨ ਐਂਡ ਨੌਲੇਜ ਅਕਰੋਸ ਲਿੰਗਵਿਸਟਿਕ ਐਂਡ ਕਲਚਰਲ ਕਮਿਊਨਿਟੀਜ਼। ਮਲਟੀਲਿੰਗੁਅਲ ਜਿਹੜੀ ਐਜੂਕੇਸ਼ਨ ਆ ਉਸ ਨੂੰ ਪ੍ਰਮੋਟ ਕਰਨਾ, ਲਿਟਰੇਸੀ ਹੈ ਜਿਹੜੀ ਉਸ ਨੂੰ ਦੂਰ ਕਰ, ਲਿਟਰੇਸੀ ਇਸ ਤਰ੍ਹਾਂ ਦੀ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਕਮਿਊਨਿਟੀਆਂ ਦੇ ਕਲਚਰ ਦੀ ਅਤੇ ਲੈਂਗੁਏਜ ਦੀ ਨੌਲੇਜ ਹੋਵੇ। ਫਿਰ ਡਿਵੈਲਪ ਐਂਡ ਸਟੈਂਡਰਡਾਈਜ਼ਡ ਲੈਂਗੁਏਜ ਟੈਕਨੋਲੋਜੀਜ਼, ਟੂਲਸ ਐਂਡ ਰਿਸੋਰਸਿਸ ਟੂ ਸਪੋਰਟ ਐਜੂਕੇਸ਼ਨ, ਕਮਿਊਨੀਕੇਸ਼ਨ ਐਂਡ ਕੰਟੈਂਟ ਕ੍ਰੀਏਸ਼ਨ ਇਨ ਡਾਇਵਰਸ ਲੈਂਗੁਏਜਿਸ। ਫਿਰ ਹੈ ਐਨਕਰੇਜ ਦਾ ਪ੍ਰੀਜ਼ਰਵੇਸ਼ਨ ਐਂਡ ਪ੍ਰਮੋਸ਼ਨ ਆਫ ਐਂਡੇਂਜਰਡ ਲੈਂਗੁਏਜ ਐਂਡ ਡਾਇਲੈਕਟਸ ਟੂ ਸੇਫ ਗਾਰਡ ਲਿੰਗੁਇਸਟਿਕ ਡਾਇਵਰਸਿਟੀ ਐਂਡ ਕਲਚਰਲ ਹੈਰੀਟੇਜ। ਤਾਂ ਜਿਹੜੀਆਂ ਖਤਰੇ ਦੇ ਵਿੱਚ ਲੈਂਗੁਏਜਿਸ ਨੇ, ਖਤਮ ਹੋਣ ਵਾਲੀਆਂ ਨੇ, ਅਲੋਪ ਹੋਣ ਵਾਲੀਆਂ ਭਾਸ਼ਾਵਾਂ ਨੇ, ਉਹਨਾਂ ਨੂੰ ਪ੍ਰੀਜ਼ਰਵ ਕਰਨ ਦੇ ਵਿੱਚ ਜਿਹੜਾ ਇਹ ਹੱਲਾਸ਼ੇਰੀ ਦੇਣੀ, ਪ੍ਰੇਰਣਾ ਦੇਣੀ। ਫਿਰ ਹੈ ਹੈਲਥ ਕੇਅਰ ਅਤੇ ਵੈਲਬੀਇੰਗ ਬਾਰੇ ਇਹਨਾਂ ਨੇ ਕੀ ਕਿਹਾ ਹੈ। ਇੰਪਰੂਵ ਹੈਲਥ ਕੇਅਰ ਇਨਫਰਾਸਟਰਕਚਰ ਸਰਵਿਸਿਜ਼ ਐਂਡ ਐਕਸੈਸ ਟੂ ਪ੍ਰਮੋਟ ਦਾ ਵੈਲਬੀਇੰਗ ਐਂਡ ਪ੍ਰੋਡਕਟੀਵਿਟੀ ਆਫ ਇੰਡੀਆਜ਼ ਪਾਪੂਲੇਸ਼ਨ। ਸਟਰੈਂਥਨਿੰਗ ਮੈਡੀਕਲ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਟੂ ਐਡਰੈਸ ਹੈਲਥ ਕੇਅਰ ਚੈਲੇਂਜਿਸ ਐਂਡ ਪ੍ਰਮੋਟ ਪ੍ਰੀਵੈਂਟਿਵ, ਕਿਊਰੇਟਿਵ ਐਂਡ ਰੀਹੈਬਲੀਟਿਵ ਕੇਅਰ, ਹਾਰਨੈਸ ਟੈਕਨੋਲੋਜੀ ਐਂਡ ਇਨੋਵੇਸ਼ਨ ਇਨ ਹੈਲਥ ਕੇਅਰ ਡਿਲੀਵਰੀ, ਟੈਲੀਮੈਡੀਸਨ ਐਂਡ ਪਬਲਿਕ ਹੈਲਥ ਇੰਟਰਵੈਨਸ ਟੂ ਇੰਪਰੂਵ ਹੈਲਥ ਆਊਟਕਮਸ ਐਂਡ ਐਡਰੈਸ ਡਿਸਪੈਰਿਟੀਜ਼। ਤਾਂ ਇਹ ਸੀਗੀਆਂ ਰਿਕਮੈਂਡੇਸ਼ਨਸ। ਦੀਜ਼ ਰਿਕਮੈਂਡੇਸ਼ਨਸ ਐਨਕੰਪਾਸਡ ਆ ਵਾਈਡ ਰੇਂਜ ਆਫ ਡੋਮੇਨ ਐਂਡ ਏਮਡ ਟੂ ਐਡਰੈਸ ਵੇਰੀਅਸ ਚੈਲੇਂਜਿਸ ਫੇਸਿੰਗ ਦਾ ਕੰਟਰੀ ਵਾਈਲ ਪ੍ਰਮੋਟਿੰਗ ਦਾ ਡਿਵੈਲਪਮੈਂਟ ਆਫ ਨੌਲੇਜ ਬੇਸਡ ਸੁਸਾਇਟੀ ਐਂਡ ਇਕੋਨਮੀ। ਵਾਈਲ ਨੋਟ ਆਲ ਰਿਕਮੈਂਡੇਸ਼ਨਸ ਵਾਰ ਫੁੱਲੀ ਇੰਪਲੀਮੈਂਟਡ, ਦੇ ਪ੍ਰੋਵਾਈਡ ਅ ਰੋਡ ਮੈਪ ਫਾਰ ਰਿਫੋਰਮ ਐਂਡ ਟ੍ਰਾਂਸਫੋਰਮੇਸ਼ਨ ਇਨ ਕ੍ਰਿਟੀਕਲ ਏਰੀਆਜ਼ ਆਫ ਨੈਸ਼ਨਲ ਇੰਪੋਰਟੈਂਸ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਨੈਕਸਟ ਟੌਪਿਕ ਨਾਲ ਮਿਲਾਂਗੇ। ਓਕੇ, ਥੈਂਕਸ।